40 ਕਿੱਲਿਆਂ ਤੇ ਧੀ ਵਿਆਹਣ ਵੇਲੇ ਮਨ ਡੋਲ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਨਿਭਾਂਗੇ ਨਾਲ। ਪਰ ਕੌੜਮ ਮਖਤਿਆਰ ਬੜਾ ਹੀ ਸ਼ਰੀਫ ਸੀ, ਉਹਰਾ ਵੀ ਨਾ ਮੰਗਿਆ ਉਹਨਾਂ, ਜੋ ਵੀ ਦਿੱਤਾ ਧੀ ਨੂੰ ਆਪਦੀ ਮਰਜ਼ੀ ਨਾਲ ਦਿੱਤਾ। ਮਿਲਣੀ ਵੇਲੇ ਜਦੋਂ ਕੜਾ ਪਾਉਣ ਲੱਗਾ ਤਾਂ ਉਹਨੇ ਆਪਦਾ ਹੱਥ ਪਿਛਾਂ ਖਿੱਚ ਲਿਆ ਅਤੇ ਕਿਹਾ ਕਿ ਅੰਗਰੇਜ਼ ਸਿਆਂ ਆਹ ਗੱਲਾਂ ਨਹੀਂ ਚੰਗੀਆਂ। ਵਾਰ ਵਾਰ ਕਹਿਣ 'ਤੇ ਵੀ ਕੜਾ ਨਾ ਲਿਆ। ਧੀ ਦੇ ਸਿਰ 'ਤੇ ਹਰ ਵਾਰ ਪਿਆਰ ਨਾਲ ਹੱਥ ਤਾਂ ਰੱਖਦਾ ਕਿ ਇਹ ਸਾਡੀ ਨੂੰਹ ਨਹੀਂ ਪੋਤੇ। ਕਮੀ ਧੀ ਨੇ ਵੀ ਕੋਈ ਨਾ ਛੱਡੀ, ਉਵੇਂ ਹੀ ਆਖੇ ਲੱਗਦੀ ਜਿਵੇਂ ਆਪਦੇ ਪਿਓ ਦਾ ਹੁਕਮ ਸਿਰ ਮੱਥੇ ਮੰਨਦੀ ਸੀ। ਕੋਈ ਰੋਕ ਟੋਕ ਨਹੀਂ ਸੀ, ਧੀ ਘਰ 'ਤੇ ਰਾਜ ਕਰ ਰਹੀ ਸੀ। ਇੱਕ ਪਿਓ ਲਈ ਇੰਨਾ ਹੀ ਕਾਫੀ ਹੁੰਦਾ ਕਿ ਉਸਦੀ ਧੀ ਸੁਖੀ ਵਸੇ। ਉਸ ਦਿਨ ਤੋਂ ਜੁੜਿਆ ਰਿਸ਼ਤਾ ਐਸਾ ਜੁੜਿਆ ਕਿ ਮੈਂ ਜਵਾਈ ਤੋਂ ਵੱਧ ਕੌੜਮ ਨਾਲ ਵਰਤਣ ਲੱਗ ਗਿਆ। ਜਿੱਥੇ ਕਿਤੇ ਜਾਣਾ ਤਾਂ ਮੁਖਤਿਆਰ ਨੂੰ ਫੋਨ ਕਰਨਾ ਕਿ ਬਾਈ ਤਿਆਰ ਰਹੀਂ, ਆਪਾਂ ਚੱਲਦੇ ਹਾਂ। ਛੋਟੀ ਧੀ ਦਾ ਵਿਆਹ ਕੀਤਾ ਤਾਂ ਮੁਖਤਿਆਰ ਅਤੇ ਮੈਂ ਰਲ ਕੇ ਕਿੰਨੇ ਰਿਸ਼ਤੇ ਦੇਖੇ। ਜਿੱਥੇ ਦੋਹਾਂ ਨੂੰ ਪਸੰਦ ਆਇਆ ਉੱਥੇ ਰਿਸ਼ਤਾ ਕੀਤਾ। ਮੁੰਡੇ ਬਾਰੇ ਸਾਰਾ ਪਤਾ ਮੁਖਤਿਆਰ ਨੇ ਕੀਤਾ ਅਤੇ ਮੈਂ ਉਸਦੀ ਪੁੱਛਗਿੱਛ 'ਤੇ ਕੋਈ ਸ਼ੱਕ ਹੀ ਨਾ ਕਰ ਸਕਿਆ, ਬਸ ਚੁੱਪ ਕਰ ਰਿਸ਼ਤਾ ਕਰ ਦਿੱਤਾ। ਧੀ ਦੇ ਵਿਆਹ ਵੇਲੇ ਮੱਲੋ ਮੱਲੀ ਲੱਖ ਰੁਪਈਆ ਸ਼ਗਨ ਦੇ ਕੇ ਗਿਆ ਅਤੇ ਨਾਲ ਹੀ ਕਿਹਾ ਕਿ ਵਿਆਹ 'ਚ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਬੇਝਿਜਕ ਦੱਸੀ, ਆਪਦੀ ਜੀਪ ਵੀ ਪਿੰਡ ਛੱਡ ਕੇ ਸੌਦਾ ਢੋਣ ਦੇ ਕੰਮ ਆਊ, ਮੂਹਰੇ ਲੱਗ ਸਾਰਾ ਕੰਮ ਕਰਵਾਇਆ। ਪਿੰਡ ਵਾਲੇ ਵੀ ਸਾਡਾ ਪਿਆਰ ਦੇਖ ਕੇ ਤਰੀਫਾਂ ਕਰਦੇ ਕਿ ਐਵੇਂ ਤਾਂ ਸਕੇ ਭਰਾ ਵੀ ਨਹੀਂ ਕਰਦੇ। ਕੇਰਾ ਮੇਰੇ ਸੱਟ ਲੱਗ ਗਈ ਅਤੇ ਮੈਂ ਕਿੰਨੇ ਦਿਨ ਹਸਪਤਾਲ ਰਿਹਾ ਤਾਂ ਬਾਈ ਕੋਲ ਹੀ ਰਿਹਾ, ਰੋਜ਼ ਮੇਰੇ ਬੈੱਡ ਕੋਲ ਆ ਕੇ ਅਖਬਾਰ 'ਚੋਂ ਖਬਰਾਂ ਪੜ੍ਹ ਕੇ ਸੁਣਾਉਂਦਾ। ਇੱਕ ਨਰਸ ਨੇ ਪੁੱਛ ਲਿਆ ਕਿ ਤੁਹਾਡੀਆਂ ਸ਼ਕਲਾਂ ਮਿਲਦੀਆਂ, ਜੋੜੇ ਤਾਂ ਨਹੀਂ ਤੁਸੀਂ? ਅਸੀਂ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਹੱਸ ਪਏ ਅਤੇ ਕਹਿਣ ਲੱਗੇ, ਹਾਂ ਜੁੜਵਾਂ। ਇੱਕ ਦਿਨ ਸਵੇਰੇ ਸਵੇਰੇ ਖਬਰ ਆਈ ਕਿ ਮੁਖਤਿਆਰ ਸਿਉਂ ਨੂੰ ਹਾਰਟ ਅਟੈਕ ਹੋ ਗਿਆ ਅਤੇ ਪੂਰਾ ਹੋ ਗਿਆ। ਮੈਂ ਦਵਾ ਦਵ ਘਰ ਵਾਲੇ ਕੱਪੜਿਆਂ 'ਚੋਂ ਹੀ ਧੀ ਦੇ ਪਿੰਡ ਵੱਲ ਕਾਰ 'ਤੇ ਚੱਲ ਪਿਆ। ਸਾਰੇ ਰਸਤੇ ਧਾਰ ਨਿਕਲਦੀ ਗਈ ਅਤੇ ਐਂ ਲੱਗਾ ਬਈ ਜਿਵੇਂ ਮੇਰੀ ਸੱਜੀ ਬਾਂਹ ਟੁੱਟ ਗਈ ਹੋਵੇ, ਕੀ ਕਰਾਂਗੇ ਉਸ ਤੋਂ ਬਿਨਾਂ। ਘਰ ਪੁੱਜਦੇ ਹੀ ਮੇਰਾ ਜਵਾਈ ਭੱਜ ਕੇ ਆ ਕੇ ਮੇਰੇ ਗਲ ਲੱਗ ਗਿਆ। ਮੇਰਾ ਵੀ ਰੋਣਾ ਨਾ ਰੁਕਿਆ, ਸਰੀਰ 'ਚੋਂ ਅਜਿਹਾ ਕੰਪਣ ਪੈਦਾ ਹੋਇਆ ਕਿ ਲੱਤਾਂ ਖੁਦ ਦਾ ਭਾਰ ਝੱਲਣੋਂ ਜਵਾਬ ਦੇ ਗਈਆਂ ਅਤੇ ਮੈਂ ਥਾਂ ਡਿੱਗ ਗਿਆ। ਦੂਜੇ ਦਿਨ ਸੁਰਤ ਹਸਪਤਾਲ 'ਚੋਂ ਆਈ, ਸਾਰੀ ਪੁਰਾਣੀ ਘਟਨਾ ਯਾਦ ਆਈ ਅਤੇ ਕੋਲ ਬੈਠੀ ਘਰਵਾਲੀ ਨੇ ਮੇਰੇ ਹੰਝੂ ਦੇਖ ਕੇ ਕਿਹਾ ਕਿ ਜਲਦੀ ਜਲਦੀ ਠੀਕ ਹੋ ਜਾਓ, ਸੰਸਕਾਰ ਵੀ ਕਰਨਾ ਹਲੇ ਮੁਖਤਿਆਰ ਬਾਈ ਦਾ। ਮੇਰਾ ਦਿਮਾਗ ਘੁੰਮ ਗਿਆ। ਘਰਵਾਲੀ ਨੇ ਹੌਲੀ ਹੌਲੀ ਸਾਰੀ ਗੱਲ ਦੱਸੀ ਕਿ ਆਪਣੇ ਜਵਾਈ ਨੇ ਸੰਸਕਾਰ ਨਹੀਂ ਕਰਨ ਦਿੱਤਾ, ਕਹਿੰਦਾ ਪਾਪਾ ਬਿਨਾਂ ਸੰਸਕਾਰ ਨਹੀਂ ਕਰਨਾ, ਮੂੰਹ ਵੀ ਤਾਂ ਨਹੀਂ ਦੇਖਿਆ ਉਹਨਾਂ ਨੇ, ਫਰਿੱਜ 'ਚੋਂ ਰੱਖ ਜਮ੍ਹਾਂ ਕਰਵਾ ਦਿੱਤਾ। ਗੱਲ ਸੁਣਦਿਆਂ ਤਿਪ ਤਿਪ ਹੰਝੂ ਵਹਿ ਤੁਰੇ। ਚੌਥੇ ਦਿਨ ਛੁੱਟੀ ਮਿਲ ਗਈ ਅਤੇ ਸਿੱਧੇ ਧੀ ਦੇ ਘਰ ਪੁੱਜੇ। ਕੌੜਮ ਦੀ ਚਿਖਾ ਨੂੰ ਅੱਗ ਹੱਥੀਂ ਦਿੱਤੀ। ਉਸ ਦਿਨ ਲੱਗਾ ਕਿ ਸੱਚੀ ਜੁੜਵਾਂ ਸੀ ਅਸੀਂ। ਬੇਸ਼ੱਕ ਇੱਕ ਮਾਂ ਦੀ ਕੁੱਖੋਂ ਨਹੀਂ ਸੀ ਪੈਦਾ ਹੋਏ, ਪਰ ਕੁੱਖਾਂ ਦੀ ਲਾਜ ਦੋਨਾਂ ਇੰਜ ਰੱਖੀ ਕਿ ਜ਼ਮਾਨਾ ਸਲੌਤਾਂ ਕਰ ਰਿਹਾ ਸੀ। 40 ਕਿੱਲਿਆਂ ਵਾਲੇ ਕੌੜਮ ਨੇ 5 ਕਿੱਲਿਆਂ ਵਾਲੇ ਕੌੜਮ ਨੂੰ ਕਦੇ ਵੀ ਨੀਵਾਂ ਨਹੀਂ ਸੀ ਦਿਖਾਇਆ। ਕਹਾਣੀ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਸੁਣਨ ਲਈ ਬਹੁਤ ਬਹੁਤ ਧੰਨਵਾਦ।